ਚੋਰੀ ਰਾਤ ਨੂੰ ਹੋਈ ਹੈ ਜੀ। ਰਾਤ ਨੂੰ ਇਹ ਲੋਕ ਉੱਥੋਂ ਕੰਧ ਟੱਪ ਕੇ ਆਏ ਆ ਉੱਪਰ ਉਹ ਪੌੜੀ ਉਹ ਥੱਲੇ ਆਏ। ਪੈਸੇ ਦਾ ਨੁਕਸਾਨ ਔਰ ਹਾਰ ਹੂਰ ਗੱਲੇ ਦੋਨੋਂ ਬਣ ਗਏ, ਦੋਨੋਂ ਤੋੜ ਕੇ ਉਹਦੇ ਬਾਅਦ ਆਪਣਾ ਇਹ ਗੇਟ ਮੈਨ ਗੇਟ ਖੋਲ੍ਹ ਕੇ ਬਾਹਰ ਨੂੰ ਚਲੇ ਗਏ। ਹਾਂ, ਮੰਦਿਰ ਪਰ ਸੀ ਸੀ ਟੀ ਵੀ ਲਗਾ, ਡੀ ਵੀ ਆਰ ਲੈ ਗਏ, ਸਾਰੇ ਕੈਮਰੇ ਤੋੜ ਗਏ। ਅਭੀ ਤੱਕ ਤਾਂ ਪਤਾ ਨਹੀਂ ਚਲਾ ਜੀ। ਚੋਰੀ ਜਦ ਮੈਂ ਸਵੇਰੇ ਆਪਣਾ ਪੂਜਾ ਪਾਠ ਵਾਸਤੇ ਆਉਣ ਲੱਗ ਗਿਆ ਤਾਂ ਮੈਨੂੰ ਪਤਾ ਲੱਗ ਗਿਆ ਜੀ। ਮੰਦਿਰ ਮੈਂ ਕੋਈ ਨਹੀਂ ਰਾਤ ਕੋ ਨਾ, ਮੈਂ ਹੁੰਦਾ ਹਾਂ ਜੀ, ਉੱਪਰ ਕਮਰੇ 'ਚ ਹੁੰਦਾ ਹਾਂ। ਕਮਰੇ 'ਚ ਪਤਾ ਨਹੀਂ ਰਾਤ ਕੋ? ਨਹੀਂ, ਰਾਤ ਨੂੰ ਕੋਈ ਪਤਾ ਨਹੀਂ ਲੱਗਿਆ। 11 ਵਜੇ ਬਾਅਦ ਪਤਾ ਚਲਾ ਕਿੰਨੇ ਲੋਕ ਆਏ ਸੀ? ਨਹੀਂ, ਇਹ ਕੋਈ ਪਤਾ ਨਹੀਂ ਲੱਗਾ ਜੀ। ਹਾਂਜੀ, ਇਹਦੇ ਸੰਬੰਧ ਵਿੱਚ ਸਾਡੀ ਫਿੰਗਰ ਪ੍ਰਿੰਟ ਟੀਮ ਅਤੇ ਡੋਗ ਸਕੋਟ ਟੀਮ ਸਾਡੀ ਆ ਰਹੀ ਹੈ ਅਤੇ ਮੌਕੇ ਦਾ ਜਿਹੜਾ ਵੀ ਹੋਊਗਾ ਲੈ ਕੇ ਫੁਟੇਜ ਅਤੇ ਆਸੇ ਪਾਸੇ ਦੇ ਸੀ ਟੀ ਸੀ ਕਲਿੱਪ ਉਹਦਾ ਟਰੇਸ ਕਰ ਲਵਾਂਗੇ। ਮਿਲੀ ਸੀ ਵੀ ਸੁਬਹਾ ਰਾਤੀ 2:30 ਵਜੇ ਦੇ ਕਰੀਬ ਕੋਈ ਨਾਮਲੂਮ ਵਿਅਕਤੀ ਮਾਤਾ ਦੇ ਕਾਲੀ ਮਾਤਾ ਜੀ ਦੇ ਮੰਦਿਰ 'ਚੋਂ ਚੋਰੀ ਕਰਕੇ ਲੈ ਗਿਆ ਜੀ। ਇੱਕ ਡੀ ਵੀ ਆਰ ਅਤੇ ਗੱਲਾ ਭੰਨਿਆ ਜੀ। ਡੀ ਵੀ ਆਰ ਵੀ ਲੈ ਗਿਆ ਜੀ? ਹਾਂਜੀ। ਪਤਾ ਲੱਗ ਰਿਹਾ ਜੀ ਕੌਣ ਬੰਦਾ, ਕਿੰਨੇ ਜਣੇ ਆਏ ਸੀਗੇ? ਮੈਂ ਬੰਦਾ ਲਾ ਲੈ, ਤਫਤੀਸ਼ ਚਾਲੂ ਕਰ ਦਈਏ ਜੀ ਮੁਕੱਦਮਾ ਦਰਜ ਕਰਕੇ ਅਤੇ ਬੰਦਾ ਟਰੇਸ ਕਰੀ ਲਵਾਂਗੇ। ਗੋਲਕ ਤੋੜ ਕੇ ਲੈ ਕੇ ਗਿਆ ਜੀ ਪੈਸੇ? ਹਾਂਜੀ, ਗੋਲਕ ਤੋੜ ਕੇ ਲੈ ਗਿਆ। ਕੋਈ ਅੰਦਾਜ਼ਾ ਲੱਗਿਆ ਕਿੰਨੇ ਕੁ ਪੈਸੇ ਲੱਗ ਗਏ? ਇਹਨਾਂ ਦੀ ਜੀ 1 ਹਫ਼ਤੇ ਦੀ ਸੀਗੀ ਜਿਹੜੀ ਸੇਵਾ ਗੱਲੇ 'ਚ, ਉਹਦਾ ਐਸਟੀਮੇਟ ਲਾਇਆ ਜਾਊਗਾ। ਸਰ ਹੋਰ ਵੀ ਕੋਈ ਲੈ ਕੇ ਗਿਆ ਕੁਛ ਵੀ, ਹਾਰ ਵਗੈਰਾ ਵੀ ਕੋਈ ਦੱਸੇ ਜਾ ਰਹੇ ਉਹਨਾਂ? ਉਹ ਦੱਸਣ ਮੁਤਾਬਕ ਆਇਆ ਜੀ ਭਰਾਂਜੀਆਂ ਦੇ ਵੀ ਮਾਤਾ ਜੀ ਦੇ ਗਲ 'ਚ ਜਿਹੜੇ ਆਪਾਂ 10-10 ਦੇ ਨੋਟਾਂ ਦੇ ਹਾਰ ਜਾਂ 20-20 ਰੁਪਏ ਦੇ ਨੋਟਾਂ ਦੇ ਹਾਰ ਹੁੰਦੇ ਉਹ ਸੀਗੇ ਨਾਲ ਜੀ। ਬਸ ਅਸੀਂ ਤਫਤੀਸ਼ ਆਰੰਭ ਕਰਤੀ ਜੀ, ਇਹਨਾਂ ਨੇ ਸਾਨੂੰ ਜਦੋਂ ਇਨਫੋਰਮੇਸ਼ਨ ਦਿੱਤੀ ਆ ਕੇ। ਚੋਰੀ ਰਾਤ ਨੂੰ ਹੋਈ ਹੈ ਜੀ। ਰਾਤ ਨੂੰ ਇਹ ਲੋਕ ਉੱਥੋਂ ਕੰਧ ਟੱਪ ਕੇ ਆਏ ਆ ਉੱਪਰ ਉਹ ਪੌੜੀ ਉਹ ਥੱਲੇ ਆਏ। ਪੈਸੇ ਦਾ ਨੁਕਸਾਨ ਔਰ ਹਾਰ ਹੂਰ ਗੱਲੇ ਦੋਨੋਂ ਬਣ ਗਏ, ਦੋਨੋਂ ਤੋੜ ਕੇ ਉਹਦੇ ਬਾਅਦ ਆਪਣਾ ਇਹ ਗੇਟ ਮੈਨ ਗੇਟ ਖੋਲ੍ਹ ਕੇ ਬਾਹਰ ਨੂੰ ਚਲੇ ਗਏ। ਹਾਂ, ਮੰਦਿਰ ਪਰ ਸੀ ਸੀ ਟੀ ਵੀ ਲਗਾ, ਡੀ ਵੀ ਆਰ ਲੈ ਗਏ, ਸਾਰੇ ਕੈਮਰੇ ਤੋੜ ਗਏ। ਪਤਾ ਚਲਾ ਕਿੰਨੇ ਲੋਕ ਆਏ ਸੀ? ਅਭੀ ਤੱਕ ਤਾਂ ਪਤਾ ਨਹੀਂ ਚਲਾ ਜੀ। ਤੁਹਾਨੂੰ ਕੋਈ ਪਤਾ ਲੱਗਾ ਚੋਰੀ ਹੋ ਗਈ? ਚੋਰੀ ਜਦ ਮੈਂ ਸਵੇਰੇ ਆਪਣਾ ਪੂਜਾ ਪਾਠ ਵਾਸਤੇ ਆਉਣ ਲੱਗ ਗਿਆ ਤਾਂ ਮੈਨੂੰ ਪਤਾ ਲੱਗ ਗਿਆ ਜੀ। ਮੰਦਿਰ ਮੈਂ ਕੋਈ ਨਹੀਂ ਰਾਤ ਕੋ? ਨਾ, ਮੈਂ ਹੁੰਦਾ ਹਾਂ ਜੀ, ਉੱਪਰ ਕਮਰੇ 'ਚ ਹੁੰਦਾ ਹਾਂ। ਕਮਰੇ 'ਚ ਪਤਾ ਨਹੀਂ ਰਾਤ ਕੋ? ਨਹੀਂ, ਰਾਤ ਨੂੰ ਕੋਈ ਪਤਾ ਨਹੀਂ ਲੱਗਿਆ। 11 ਵਜੇ ਬਾਅਦ ਪਤਾ ਚਲਾ ਕਿੰਨੇ ਲੋਕ ਆਏ ਸੀ? ਨਹੀਂ, ਇਹ ਕੋਈ ਪਤਾ ਨਹੀਂ ਲੱਗਾ ਜੀ। ਹਾਂਜੀ, ਇਹਦੇ ਸੰਬੰਧ ਵਿੱਚ ਸਾਡੀ ਫਿੰਗਰ ਪ੍ਰਿੰਟ ਟੀਮ ਅਤੇ ਡੋਗ ਸਕੋਟ ਟੀਮ ਸਾਡੀ ਆ ਰਹੀ ਹੈ ਅਤੇ ਮੌਕੇ ਦਾ ਜਿਹੜਾ ਵੀ ਹੋਊਗਾ ਲੈ ਕੇ ਫੁਟੇਜ ਅਤੇ ਆਸੇ ਪਾਸੇ ਦੇ ਸੀ ਟੀ ਸੀ ਕਲਿੱਪ ਉਹਦਾ ਟਰੇਸ ਕਰ ਲਵਾਂਗੇ। ਮਿਲੀ ਸੀ ਵੀ ਸੁਬਹਾ ਰਾਤੀ 2:30 ਵਜੇ ਦੇ ਕਰੀਬ ਕੋਈ ਨਾਮਲੂਮ ਵਿਅਕਤੀ ਮਾਤਾ ਦੇ ਕਾਲੀ ਮਾਤਾ ਜੀ ਦੇ ਮੰਦਿਰ 'ਚੋਂ ਚੋਰੀ ਕਰਕੇ ਲੈ ਗਿਆ ਜੀ। ਇੱਕ ਡੀ ਵੀ ਆਰ ਅਤੇ ਗੱਲਾ ਭੰਨਿਆ ਜੀ। ਡੀ ਵੀ ਆਰ ਵੀ ਲੈ ਗਿਆ ਜੀ? ਹਾਂਜੀ। ਪਤਾ ਲੱਗ ਰਿਹਾ ਜੀ ਕੌਣ ਬੰਦਾ, ਕਿੰਨੇ ਜਣੇ ਆਏ ਸੀਗੇ? ਮੈਂ ਬੰਦਾ ਲਾ ਲੈ, ਤਫਤੀਸ਼ ਚਾਲੂ ਕਰ ਦਈਏ ਜੀ ਮੁਕੱਦਮਾ ਦਰਜ ਕਰਕੇ ਅਤੇ ਬੰਦਾ ਟਰੇਸ ਕਰੀ ਲਵਾਂਗੇ। ਗੋਲਕ ਤੋੜ ਕੇ ਲੈ ਕੇ ਗਿਆ ਜੀ ਪੈਸੇ? ਹਾਂਜੀ, ਗੋਲਕ ਤੋੜ ਕੇ ਲੈ ਗਿਆ। ਕੋਈ ਅੰਦਾਜ਼ਾ ਲੱਗਿਆ ਕਿੰਨੇ ਕੁ ਪੈਸੇ ਲੱਗ ਗਏ? ਇਹਨਾਂ ਦੀ ਜੀ 1 ਹਫ਼ਤੇ ਦੀ ਸੀਗੀ ਜਿਹੜੀ ਸੇਵਾ ਗੱਲੇ 'ਚ, ਉਹਦਾ ਐਸਟੀਮੇਟ ਲਾਇਆ ਜਾਊਗਾ। ਸਰ ਹੋਰ ਵੀ ਕੋਈ ਲੈ ਕੇ ਗਿਆ ਕੁਛ ਵੀ, ਹਾਰ ਵਗੈਰਾ ਵੀ ਕੋਈ ਦੱਸੇ ਜਾ ਰਹੇ ਉਹਨਾਂ? ਉਹ ਦੱਸਣ ਮੁਤਾਬਕ ਆਇਆ ਜੀ ਭਰਾਂਜੀਆਂ ਦੇ ਵੀ ਮਾਤਾ ਜੀ ਦੇ ਗਲ 'ਚ ਜਿਹੜੇ ਆਪਾਂ 10-10 ਦੇ ਨੋਟਾਂ ਦੇ ਹਾਰ ਜਾਂ 20-20 ਰੁਪਏ ਦੇ ਨੋਟਾਂ ਦੇ ਹਾਰ ਹੁੰਦੇ ਉਹ ਸੀਗੇ ਨਾਲ ਜੀ। ਬਸ ਅਸੀਂ ਤਫਤੀਸ਼ ਆਰੰਭ ਕਰਤੀ ਜੀ, ਇਹਨਾਂ ਨੇ ਸਾਨੂੰ ਜਦੋਂ ਇਨਫੋਰਮੇਸ਼ਨ ਦਿੱਤੀ ਆ ਕੇ।